ਦਾ ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹੈਡਲਾਈਨਸ ਦੇ ਨਾਲ ਮੈਂ ਪੁਨੀਤ ਕੌਰ ਅੱਧਿਆ ਖਾਸ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਪੇਸ਼ ਹੈ ਅਦ ਖਾਲਸ ਵਿਚਾਰ ਤਜਰਬਾ ਉਮਰ ਨਾਲ ਨਹੀਂ ਹਾਲਾਤਾਂ ਦਾ ਸਾਹਮਣਾ ਕਰਨ ਨਾਲ ਆਉਂਦਾ ਹੈ ਮਾਗੀ ਮੌਕੇ ਵੱਡੀ ਗਿਣਤੀ ਚ ਸੰਗਤਾਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈਆਂ ਨਤਮਸਤਕ ਅੱਜ ਸਜਾਇਆ ਜਾਵੇਗਾ ਨਗਰ ਕੀਰਤਨ ਕੱਲ ਮਹੱਲੇ ਨਾਲ ਹੋਵੇਗੀ ਸਮਾਪਤੀ ਸ਼੍ਰੀ ਕਲਤਕ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 40 ਮੁਕਤਿਆਂ ਨੂੰ ਭੇਟ ਕੀਤੀ ਸ਼ਰਧਾਂਜਲੀ ਲੋਰੀ ਤੋਂ ਬਾਅਦ ਵੀ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਠੰਡ ਦਾ ਜੋਰ ਜਾਰੀ ਨਹੀਂ ਨਿਕਲੀ ਧੁੱਪ ਤਾਪਮਾਨ ਮੰਨਫੀ ਦੇ ਨੇੜੇ ਆਮ ਆਦਮੀ ਪਾਰਟੀ ਵੱਲੋਂ ਅਜਨਾਲਾ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਆਗੂ ਸੋਨੂ ਜ਼ਰਫ ਨੇ ਆਜ਼ਾਦ ਚੋਣ ਲੜਨ ਦਾ ਕੀਤਾ ਫੈਸਲਾ ਆਪ ਵੱਲੋਂ ਸੀਐਮ ਦੇ ਚਿਹਰੇ ਲਈ رائے ਲੈਣ ਲਈ ਨੰਬਰ ਜਾਰੀ ਕਰਨ ਤੋਂ ਕਰੀਬ 24 ਘੰਟਿਆਂ ਬਾਅਦ ਹੀ ਕਰੀਬ 8 ਲੱਖ ਤੋਂ ਉੱਪਰ ਪੰਜਾਬ ਦੇ ਲੋਕਾਂ ਨੇ ਦਿੱਤੀ ਆਪਣੀ رائے ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੀਤਾ ਦਾਵਾ ਚੋਣ ਕਮਿਸ਼ਨ ਨੇ ਪੰਜਾਬ ਦੇ ਚੋਣਾਂ ਨੂੰ ਲੈ ਕੇ 15 ਤਰੀਕ ਤੱਕ ਰੈਲੀਆਂ ਤੇ ਨੁਕੜ ਮੀਟਿੰਗਾਂ ਤੇ ਪੂਰੀ ਤਰ੍ਹਾਂ ਨਾਲ ਲਾਈ ਹੈ ਰੋਕ ਸ਼੍ਰੋਮਣੀ ਅਕਾਲੀ ਦਲ ਨੇ ਰੋਕ ਹਟਾਉਣ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਪੰਜਾਬ ਦੇ ਚੋਣ ਯਾਪਤ ਕਨ ਸੇਵਾ ਕੇਂਦਰਾਂ ਦੇ ਸਮੇਂ ਚ ਕੀਤੀ ਗਈ ਹੈ ਤਬਦੀਲੀ ਸਵੇਰੇ 9:30 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲਣਗੇ ਸੇਵਾ ਕੇਂਦਰ ਕੇਰਲਾ ਦੀ ਇੱਕ ਅਦਾਲਤ ਨੇ ਨਨ ਬਰਾਦਕਰ ਕੇ ਇਸ ਮਾਮਲੇ 'ਚ ਬਿਸ਼ਪ ਫ੍ਰੈਂਕੋ ਮੁਲਕਲ ਨੂੰ ਕੀਤਾ ਬਰੀ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਤੋਂ ਇੱਕਲਾ ਤੋਂ ਸੁਰੱਖਿਆ ਬਲਾਂ ਨੇ 2 ਕਿਲੋ ਤਮਾਕਾ ਖੇਤ ਸਮੱਗਰੀ ਕੀਤੀ ਬਰਾਮਦ ਭਾਰਤ ਦੇ ਡੈਲਟਾ ਗਨ ਆਰਥਿਕ ਨੁਕਸਾਨ ਦੇ ਮੁੜ ਵਧਣ ਦੀ ਸੰਭਾਵਨਾ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਹੋਇਆ ਖੁਲਾਸਾ ਮੱਧ ਪ੍ਰਦੇਸ਼ ਵਿੱਚ ਕਰੋਨਾ ਦੇ ਵਾਪਸ ਦੇ ਮਾਮਲਿਆਂ ਦੇ ਮੱਦੇ ਨਜ਼ਰ ਪਹਿਲੀ ਤੋਂ 12ਵੀਂ ਜਮਾਤ ਤੱਕ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ 15 ਜਨਵਰੀ ਤੋਂ 31 ਜਨਵਰੀ ਤੱਕ ਰਹਿਣਗੇ ਬੰਦ ਸਾਰੇ ਰਾਜਨੀਤਿਕ ਤੇ ਸਮਾਜਿਕ ਇਕੱਠਾਂ ਤੇ ਵੀ ਲਗਾਈ ਗਈ ਹੈ ਪਾਬੰਦੀ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਹੋਵੇਗਾ ਸ਼ੁਰੂ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ 1 ਫਰਵਰੀ ਨੂੰ ਪੇਸ਼ ਕਰਨਗੇ ਕੇਂਦਰੀ ਬਜਟ ਬੁਲੀਬਾਈ ਐਪ ਕੇਸ ਦੇ ਮੁਲਜ਼ਮਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ ਪਾਜਪਾ ਤੋਂ ਅਸਤੀਫਾ ਦੇਣ ਵਾਲੇ ਸੁਆਮੀ ਪ੍ਰਸਾਦ ਮੋਰੀਆ ਤੇ ਧਰਮ ਸਿੰਘ ਸੈਣੀ ਸਮਾਜਵਾਦੀ ਪਾਰਟੀ ਵਿੱਚ ਹੋਏ ਸ਼ਾਮਲ ਬੀਜੇਪੀ ਦੇ 10 ਹੋਰ ਮੰਤਰੀ ਦੇਣਗੇ ਅਸਤੀਫਾ ਸਮਝੋ ਕਿੱਦਰ ਨੂੰ ਚੱਲ ਰਹੀ ਹੈ ਹਵਾ ਸ਼ਿਵਸ ਐਨਾ ਦੇ ਸੰਸਦ ਮੈਂਬਰ ਸੰਜੀਤ ਰਾਉਤ ਨੇ ਕੀਤੀ ਟਿੱਪਣੀ ਯੋਗੀ ਕੈਬਨਿਟ ਦੇ ਅਸਤੀਫਿਆਂ ਤੇ ਬੋਲੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕਿਹਾ ਚਿੰਤਾ ਦੀ ਨਹੀਂ ਹੈ ਕੋਈ ਵੀ ਗੱਲ ਬੀਜੇਪੀ ਨੂੰ ਮਿਲ ਰਿਹਾ ਹੈ ਹਰ ਥਾਂ ਤੋਂ ਸਮਰਥਨ ਆਸਟ੍ਰੇਲੀਆਈ ਸਰਕਾਰ ਨੇ ਦੁਜੀ ਵਾਰ ਰੱਦ ਕੀਤਾ ਟੈਨਿਸ ਸਟਾਰ ਨੋਵਾਕ ਯੋਕੋਵਿਕ ਦਾ ਵੀਜ਼ਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਰੱਖਿਆ ਮੰਤਰੀ ਪਰਵੇਜ਼ ਖੱਟਕ ਵਿਚਾਲੇ ਸੰਸਦ ਦਲ ਦੀ ਮੀਟਿੰਗ ਦੌਰਾਨ ਖੈਬਰ ਪਖਤੂਨਖਵਾ ਸੂਬੇ ਦੀ ਅਣਦੇਖੀ ਕਾਰਨ ਹੋਈ ਝੜਪ ਦੋਵਾਂ ਵਿਚਾਲੇ ਹੋਈ ਤਿੱਖੀ ਬਹਿਸ ਹੈਡਲਾਈਨਸ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ